ਅੱਜ ਧੀਆਂ ਹਰ ਉਸ ਖੇਤਰ ਵਿੱਚ ਮੱਲਾ ਮਾਰ ਰਹੀਆਂ ਨੇ ਜਿਹੜੀ ਅਜੋਕੇ ਸਮੇਂ ਦੀ ਲੋੜ ਹੈ ਪੁਰਾਣੇ ਸਮੇਂ ਬੀਤ ਗਏ ਜਦੋਂ ਧੀਆਂ ਨੂੰ ਇੱਕ ਬੋਝ ਦੀ ਤਰ੍ਹਾਂ ਦੇਖਿਆ ਜਾਂਦਾ ਸੀ ਪਰ ਅੱਜ ਧੀਆਂ ਹਰ ਉਸ ਖੇਤਰ ਵਿੱਚ ਮੱਲਾ ਮਾਰ ਰਹੀਆਂ ਨੇ ਜਿਹੜੀ ਸਮੇਂ ਦੀ ਲੋੜ ਹੈ ਅਸੀਂ ਲੋੜ ਦੀ ਗੱਲ ਤਾਂ ਕਰ ਰਹੇ ਆ ਵਾਰ-ਵਾਰ ਕਿਉਂਕਿ ਧੀਆਂ ਪੜ੍ਹਾਈ ਦੇ ਖੇਤਰ ਵਿੱਚ ਜਿੱਥੇ ਤਰੱਕੀਆਂ ਦੀ ਛੂਹ ਰਹੀਆਂ ਨੇ ਉੱਤੇ ਹੀ ਖੇਡਾਂ ਦੇ ਖੇਤਰ ਵਿੱਚ ਵੀ ਨਾਮਣਾ ਖੱਟ ਰਹੀਆਂ ਨੇ ਅਜੇ ਹੀ ਤੁਹਾਡੇ ਨਾਲ ਹੈ ਗੁਰੂ ਅਰਜਨ ਦੀ ਜਿਸ ਵੱਲੋਂ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਵੀ ਮੱਲਾਮਾਰੀਆਂ ਗਈਆਂ ਨੇ ਸਭ ਤੋਂ ਪਹਿਲਾਂ ਬੇਟੇ ਸੱਚ ਕੋਈ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਆਪਣਾ ਨਾਮ ਦੱਸ ਦਿਓ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਸ਼ਨਪ੍ਰੀਤ ਕੌਰ ਇੰਸਾ ਤੇ ਮੈਂ 7th ਕਲਾਸ ਵਿੱਚ ਪੜ੍ਹਦੀ ਹਾਂ ਮੇਰੇ ਸਕੂਲ ਦਾ ਨਾਮ ਲਿਟਲ ਫਲਾਰ ਕ convent ਸਕੂਲ ਹੈ ਬੇਟੇ ਤੁਸੀਂ ਕਿਹੜੀ ਗੇਮ ਜਿਹੜੀ ਹੁਣ ਖੇਡ ਕੇ ਆਏ ਹੋ ਔਰ ਕਿੱਥੋਂ ਤੱਕ ਖੇਡ ਕੇ ਆਏ ਹੋ ਮੈਂ ਕਾਰਾਟੇ ਖੇਡ ਕੇ ਆਈ ਤੇ ਮੈਂ ਸਟੇਟ ਲੈਵਲ ਤੱਕ ਖੇਡ ਕੇ ਆਈ ਹਾਂ ਬੇਟੇ ਜੇਕਰ ਸਿਰੇ ਦੀ ਗੱਲ ਕਰ ਰਹੀ ਜਾਵੇ ਖੇਡਾਂ ਦੇ ਖੇਤਰ ਤੁਸੀਂ ਮੱਲਾ ਮਾਰ ਰਹੇ ਹੋ ਸਭ ਤੋਂ ਪਹਿਲਾਂ ਇਸ ਦਾ ਸਿਰਾ ਤੁਸੀਂ ਕਿਹਨੂੰ ਦੇਣਾ ਚਾਹੋਗੇ ਖੇਡਣ ਦੇ ਖੇਤਰ ਮੈਂ ਸੰਤ ਡਾਕਟਰ ਗੁਰਮੀਤ ਰਾਮ ਸਿੰਘ ਜੀ ਨੂੰ ਦੇਣਾ ਚਾਹਾਂਗੀ ਤੇ ਉਹਨਾਂ ਵੱਲੋਂ ਦਿੱਤੀ ਗਈ ਸਿੱਖਿਆ ਮੇਰੇ ਪੇਰੈਂਟਸ ਨੂੰ ਤੇ ਉਹ ਪੇਰੈਂਟਸ ਵੱਲੋਂ ਮੈਨੂੰ ਦਿੱਤੀ ਗਈ ਸਿੱਖਿਆ ਤੇ ਕੋਚ ਟੀਚਰਸ ਸਾਰੇ ਵੱਲੋਂ ਦਿੱਤੀ ਗਈ ਸਿੱਖਿਆ ਬੇਟੇ ਇੱਕ ਇੱਕ ਕਰਾਟੇ ਗੇਮ ਦੀ ਜੇਕਰ ਗੱਲ ਕਰ ਰਹੇ ਤੁਸੀਂ ਕਿੱਥੋਂ ਤੱਕ ਪਹਿਲਾਂ ਖੇਡੇ ਹੋ ਤੇ ਹੁਣ ਜਿਹੜੀ ਸਟੇਟ ਲੈਵਲ ਤੁਸੀਂ ਖੇਡ ਕੇ ਆਏ ਪਹਿਲਾਂ ਜ਼ੋਨਲ ਫਿਰ ਡਿਸਟ੍ਰਿਕਟ ਫਿਰ ਤਿੰਨਵਰੀ ਸਟੇਟਸ ਕਿੰਨੇ ਟੋਟਲ ਸਟੂਡੈਂਟਸ ਜਿਹੜੇ ਇਸ ਗੇਮ ਦੇ ਵਿਨਰ ਰਿਲੇਟਡ ਸੀ ਤੁਸੀਂ ਗਏ ਸੀ ਤਾਂ ਤੁਸੀਂ ਇਸ ਪੋਜੀਸ਼ਨ ਤੋਂ ਹਾਸਲ ਕੀਤੀ 49 ਸਟੂਡੈਂਟਸ ਕਿੰਨੇ ਮੈਡਲ ਮਿਲ ਗਏ ਹੁਣ ਤੱਕ 4 ਮੈਡਲਸ ਮਿਲੇ ਮੈਨੂੰ ਹੋਸ਼ੋ ਹਾਂਜੀ ਅੱਗੇ ਵੀ ਪੜਾਈ ਕਰਨਾ ਚਾਹੁੰਦੇ ਹੋ ਨਾਲ ਖੇਡਾਂ ਖੇੜਨਾ ਚਾਹੁੰਦੇ ਕਿ ਕੱਲਾ ਪੜਾਈ ਖੇਡ ਕੇ ਜਾਂ ਬਸ ਕਰ ਦੇਣਾ ਦੋਨਾਂ ਚੀਜ਼ਾਂ ਕਰਾਂਗੇ ਪੜਾਈ ਵੀ ਖੇਡਾਂ ਵੀ ਹਾਂਜੀ ਬੇਟੇ ਹੋਰ ਵੀ ਬੇਟੀਆਂ ਨੇ ਜਿਹੜੀਆਂ ਅਜੇ ਹੀ ਬੇਟੀਆਂ ਨੇ ਸਾਨੂੰ ਜਦੋਂ ਗੱਲ ਕਰਨ ਦਾ ਮੌਕਾ ਮਿਲਦਾ ਜਿਨ੍ਹਾਂ ਦੇ ਮਾਂ-ਵਾਪਾ ਸਿਰ ਪੜ੍ਹਾਈ ਤੱਕ ਸੀਮਤ ਰਹਿਣਾ ਚਾਹੁੰਦੇ ਤੁਸੀਂ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਮਾਂ-ਪਿਓ ਨੂੰ ਕੀ ਉਹ ਆਪਦੀਆਂ ਬੇਟੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਨਾਲ ਜੋੜਨ ਮੈਂ ਕਹਾਂਗੀ ਕਿ ਹਰੇਕ ਨੂੰ ਗੇਮਸ ਦੇ ਵਿੱਚ ਪਾਰਟਿਸਿਪੇਟ ਕਰਨਾ ਚਾਹੀਦਾ ਹੈ ਤੇ ਅੱਗੇ ਤੋਂ ਅੱਗੇ ਜਾਣਾ ਚਾਹੀਦਾ ਹੈ ਹੋਰ ਵੀ ਅੱਗੇ ਜਾਣਾ ਫਿਰਨੇ ਚਾਹਦੇ ਨਹੀਂ ਮੈਂ ਇੱਕ ਹੀ ਖੇਡਾਂਗੀ ਬਿਲਕੁਲ ਜੀ ਇਹ ਸੀ ਸਾਡੀ ਬੇਟੀ ਜਸ਼ਨਪ੍ਰੀਤ ਇंसा ਜਿਸ ਵੱਲੋਂ ਪੜ੍ਹਾਈ ਦੇ ਨਾਲ ਮੱਲਾ ਤਾਂ ਮਾਰੀਆਂ ਜਾ ਰਹੀਆਂ ਨੇ ਤੇ ਨਾਲ ਦੇ ਨਾਲ ਕਰਾਟੇ ਗੇਮ ਵਿੱਚ ਵੀ ਆਪਣੀ ਪੈਰ ਵਿਸਾਰ ਰਹੀ ਖੇਡਾਂ ਦੇ ਵੱਲ ਧਿਆਨ ਦੇ ਰਹੀ ਹੈ ਤੇ ਇਸੇ ਲਈ ਸੁਨੇਹਾ ਦਿੱਤਾ ਗਿਆ ਹੈ ਕਿ ਜਿਸ ਤਰ੍ਹਾਂ ਮੈਂ ਆਪਣੀ ਮਾਂ ਪਿਓ ਦਾ ਨਾਮ ਰੋਸ਼ਨ ਕਰ ਰਹੀਆਂ ਜਾਂ ਖੇਡ ਗੇਮਾਂ 'ਚ ਖੇਡ ਰਹੀਆਂ ਉਸ ਤਰ੍ਹਾਂ ਹੀ ਹੋਰ ਵੀ ਮਾਪੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਵੱਲ ਵੀ ਜੋੜਨ ਅਸ ਟਾਈਮ ਸਾਡੇ ਨਾਲ ਉਹਨਾਂ ਦੇ ਨਾਨਾ ਜੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਕੇ ਜਾਣ ਲੈਣੇ ਆ ਬਾਈ ਜੀ ਸਭ ਤੋਂ ਪਹਿਲਾਂ ਵਧਾਈਆਂ ਤੁਹਾਡੀ ਬੇਟੀ ਤੁਹਾਡੀ ਦੋ ਤੀ ਖੇਡਾਂ ਦੇ ਵਿੱਚ ਪੜ੍ਹਾਈ ਦੇ ਨਾਲ ਨਾਲ ਮੱਲਾ ਮਾਰ ਕੇ ਆਈ ਹੈ ਕੀ ਕਹਿਣਾ ਚਾਹੁੰਦੇ ਹੋ ਥੈਂਕ ਯੂ ਜੀ ਪਹਿਲਾਂ ਜੀ ਤੁਹਾਡਾ ਸੱਚ ਕਹਾਂਗਾ ਜੀ ਉਸ ਤੋਂ ਧੰਨਵਾਦ ਮਤਲਬ ਸਾਡੀ ਜਸ਼ਨਪ੍ਰੀਤ ਆ ਜੀ ਜਿਹੜੀਆਂ ਖੇਡਾਂ ਖੇਡ ਕੇ ਮੱਲਾ ਮਾਰ ਕੇ ਆਈ ਹੈ ਮਾਲਕ ਨੂੰ ਤਰੱਕੀਆਂ ਬਖਸ਼ੇ ਬਹੁਤ ਹੌਸਲੇ ਹੋਰ ਪੜਾਏ ਚ ਵੀ ਲੱਗੇ ਤੇ ਗਾਂ ਵੀ ਖੜਾਵਾਂਗੇ ਜੀ ਤੇ ਪੜਾਵਾਂਗੇ ਵੀ ਸਾਰੀਆਂ ਧੀਆਂ ਨੂੰ ਚਾਹੀਦਾ ਅੱਜ ਕੱਲ੍ਹ ਪੜ੍ਹਨ ਤੇ ਬਾਤ ਉਹ ਖੇਡਣ ਮਾਂ ਪਿਓ ਰੋ ਨਾਂ ਰੋਸ਼ਨ ਕਰਨ ਜੀ ਬਿਲਕੁਲ ਜੀ ਇਹ ਖੇਡਾਂ ਤਾਂ ਬੇਟੀਆਂ ਪੜ੍ਹਾਈ ਦਾ ਕੈਰੀਰੀਅਰ ਨਾਲ ਖੇਡਾਂ ਵੀ ਖੇਡਣ ਇਹ ਸੇ ਨੇ ਆ ਬਾਈ ਦਾ ਉਹਨਾਂ ਦੇ ਫਾਦਰ ਸਾਹਿਬ ਵੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਕੇ ਜਾਣ ਲੈਣੇ ਆ ਬੇਟੀ ਦੇ ਫਾਦਰ ਸਾਹਿਬ ਸਾਡੇ ਨਾਲ ਨੇ ਕੀ ਨਾਮ ਹੈ ਬਾਈ ਜੀ ਤੁਹਾਡੀ ਬੇਟੀ ਪੰਜਾਬ ਲੈਵਲ ਖੇੜ ਕੇ ਆਈ ਸਭ ਤੋਂ ਪਹਿਲਾਂ ਆਪਦਾ ਨਾਮ ਦੱਸ ਦਿਓ ਤੇ ਕੀ ਕਹਿਣਾ ਚਾਹੁੰਦੇ ਧੀਆਂ ਪ੍ਰਤੀ ਤੁਸੀਂ ਹਾਂਜੀ ਮੇਰਾ ਨਾਮ ਗੁਰਵਿੰਦਰ ਸਿੰਘ ਐਂਸਾ ਮੈਂ ਗੁਰੂਰਸੈਬਲਾਕ ਤੋਂ ਬਿਲੋਂਗ ਕਰਦਾ ਹਾਂ ਤੇ ਮੈਂ ਤਾਂ ਚਾਹੁੰਨਾ ਕਿ ਹਰੇਕ ਮਾਪੇ ਆਪਣ ਨੂੰ ਆਪਦੇ ਉਹਦੇ ਬੱਚਿਆਂ ਦੇ ਆ ਪੂਰੀ ਸਪੋਰਟ ਦੇਣੀ ਚਾਹੀਦੀ ਹੈ ਤਾਂ ਜੋ ਮਾਪੇ ਦੀ ਸਪੋਰਟ ਨਾਲ ਹੀ ਬੱਚਾ ਅੱਗੇ ਵੱਧ ਸਕਦਾ ਉਸ ਤਰ੍ਹਾਂ ਮਤਲਬ ਕਿ ਨਹੀਂ ਵੱਧ ਸਕਦਾ ਪੜ੍ਹਾਈ ਬੱਚਿਆਂ ਨੂੰ ਜਿਸ ਤਰ੍ਹਾਂ ਬੇਟੀ ਖੇਡਾਂ ਖੇਡ ਕੇ ਆਈਏ ਪੜ੍ਹਾਈ ਦੇ ਖੇਤਰੇ ਮੱਲਾ ਮਾਰ ਰਹੀ ਹੈ ਕਿਸ ਨੇ ਇਹ ਦੇਣਾ ਜਿਹੜੇ ਧੀਆਂ ਨੂੰ ਕੁੱਖਾਂ ਦੀ ਮਾਰ ਮਕਾਉਂਦੇ ਨੇ ਅੱਜ ਕਿਸ ਨੇ ਇਹ ਦੇਣਾ ਚਾਹੋਗੇ ਬੇਟੀ ਤੇ ਮਾਣ ਮਹਿਸੂਸ ਹੋ ਰਿਹਾ ਬਿਲਕੁਲ ਜੀ ਬਿਲਕੁਲ ਇਹਨਾਂ ਦੇ ਸਿਰ ਤੇ ਹੀ ਅਸੀਂ ਮਤਲਬ ਕਿ ਆਪਦੇ ਆਪ ਨੂੰ ਮਾਣ ਮਹਿਸੂਸ ਕਰਦੇ ਹਾਂ ਕਿਉਂਕਿ ਸਾਡਾ ਨਾ ਬੇਟੀ ਨੇ ਰੋਸ਼ਨ ਰੋਸ਼ਨ ਆਇਆ ਜੀ ਨਾ ਕਿ ਅਸੀਂ ਹਿੰਦਾ ਜੀ ਇਸ ਦੇ ਵਿੱਚ ਇਸ ਤਰ੍ਹਾਂ ਹੈ ਕਿ ਜੇ ਆਪਾਂ ਚਾਹਣੇ ਆ ਤੇ ਬੱਚੇ ਗਾਂ ਵੱਧ ਸਕਦੇ ਆ ਜੇ ਆਪਾਂ ਉਹਨਾਂ ਨੂੰ ਕਰਤਿਕਰੀ ਸਿਮੇਟ ਕੇ ਰੱਖਤਾਗੇ ਫਿਰ ਨੀ ਕੋਈ ਹੋ ਸਕਦਾ ਬਿਲਕੁਲ ਜੀ ਇਹ ਸੰ ਜਸ਼ਨ ਦੇ ਪਾਪਾ ਜਿਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਬੇਟੀ ਬੇਟੀ ਦਾ ਮਾਣ ਜਿਹੜਾ ਵਧਿਆ ਉਹ ਸਾਡੇ ਕਰਕੇ ਨਹੀਂ ਇੱਕ ਬੇਟੀ ਕਰਕੇ ਸਾਡਾ ਮਾਣ ਵਧਿਆ ਹੈ ਜੇਕਰ ਅਸੀਂ ਧੀਆਂ ਨੂੰ ਅੱਗੇ ਪੜਾਉਣ ਦੇ ਨਾਲ ਨਾਲ ਖੇਡਾਂ ਪ੍ਰਤੀ ਉਤਸ਼ਾਹਿਤ ਕਰਾਂਗੇ ਤਾਂ ਇਹ ਬੇਟੀਆਂ ਆਉਣ ਵਾਲੇ ਸਮੇਂ ਵਿੱਚ ਉੱਚ ਹੌਦਿਆਂ ਤੇ ਬਰਾਜਮਾਨ ਹੋਣਗੀਆਂ ਕੈਮਰਾਮੈਨ ਦੇ ਨਾਲ ਮੈਂ ਵਿਜੇ ਹੰਡਾ ਸੱਚ ਕੋ ਨਿਊਜ਼ ਗੁਰੂ ਅਰਸੇ ਜੀ ਦੇਸ਼ ਦੁਨੀਆ ਦੀ तमाम ਖਬਰਾਂ ਨਾਲ ਜੁੜੇ ਰਹਿਣ ਲਈ ਸਬਸਕ੍ਰਾਈਬ ਕਰੋ YouTube ਤੇ ਸੱਚ ਕੋ ਹੂੰ ਪੰਜਾਬੀ ਚੈਨਲ ਇਸ ਦੇ ਨਾਲ ਹੀ ਬੈਲ ਆਈਕਨ ਦਬਕੇ ਪਾਓ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ